ਉਹਨਾਂ 'ਤੇ ਜੀ ਆਪਣੇ ਜਿਹੜੇ ਨਸ਼ਾ ਨੁਸ਼ਾ ਕਰਦੇ ਆਉਂਦਾ ਜੀ, ਉਹਨਾਂ ਨੇ ਸਾਰੀ ਉਮਰ ਕੋਈ ਨਸ਼ਾ ਨਹੀਂ ਕੀਤਾ, ਨਾ ਇਹੋ ਜਿਹਾ ਕੋਈ ਕੰਮ ਕੀਤਾ। ਅੱਛਾ, ਅਤੇ ਕਦੋਂ ਚੱਕਿਆ ਪੁਲਿਸ ਨੂੰ? ਇਹ ਜੀ ਆਪਣੇ ਨਵੰਬਰ ਵਿੱਚ ਜੀ, 21 ਤਰੀਕ ਨੂੰ ਜੀ। ਅੱਛਾ, ਅਤੇ ਤੁਹਾਡੇ ਲੜਕਿਆਂ 'ਤੇ ਵੀ ਇਲਜ਼ਾਮ ਲਾਇਆ ਕੋਈ? ਹਾਂਜੀ ਹਾਂਜੀ, ਸਾਰੇ ਪਰਿਵਾਰ 'ਤੇ ਜੀ। ਪਰਚਾ ਪਾਤਾ? ਹਾਂਜੀ, ਮੇਰੇ 'ਤੇ ਵੀ ਕਰਦੇ ਸੀ ਜੀ। ਮਾਈ ਬਾਪ ਨਾਲ ਮੇਰੀ ਯਾਰ ਮੇਰੀ ਇੱਕ ਪੋਤੀ ਸੀ ਬਾਹਰ, ਅਸੀਂ ਆਪਣਾ ਬਹੁਤ ਲੁਕ ਲੁਕ ਕੇ ਟਾਈਮ ਪਾਸ ਕੀਤਾ। ਕਿਆ ਮੰਗ ਕਰਦੇ ਸੀ ਹੁਣ? ਅਸੀਂ ਜੀ ਜਿਹੜਾ ਨਜਾਇਜ਼ ਪਰਚਾ ਇਹਨਾਂ ਨੇ ਪਾਇਆ, ਝੂਠਾ ਇਲਜ਼ਾਮ ਲਾਇਆ ਸਾਨੂੰ, ਇਹਦਾ ਸਾਨੂੰ ਮਤਲਬ ਜੱਟ ਦਿੱਤਾ ਜਾਵੇ। ਹਾਂਜੀ, ਕੀ ਗੱਲਬਾਤ ਹੋਈ ਤੁਹਾਡੇ ਨਾਲ? ਸਾਡੇ 'ਤੇ ਜੀ 21 ਨਵੰਬਰ ਨੂੰ ਅਸੀਂ ਬਾਜ਼ਾਰ ਗਏ ਸੀਗੇ ਜੀ, ਅਤੇ ਪੁਲਿਸ ਨੇ ਉੱਥੇ ਸਾਨੂੰ ਘੇਰ ਕੇ ਕਿਹਾ ਕਿ ਤਲਾਸ਼ੀ ਦਿਓ। ਅਸੀਂ ਤਲਾਸ਼ੀ ਵੀ ਦਿੱਤੀ, ਸਭ ਕੁਛ ਕੀਤਾ, ਪਰ ਉੱਥੇ ਸਾਡੇ ਕੋਲ ਕੁਛ ਨਹੀਂ ਨਿਕਲਿਆ ਜੀ। ਪੂਰੇ ਬਾਜ਼ਾਰ ਵਿੱਚ ਸਾਡੀ ਫੁੱਲ ਚੈਕਿੰਗ ਹੋਈ ਹੈ, DSP ਨੇ, SHO ਨੇ ਖੁਦ ਸਾਡੀ ਚੈਕਿੰਗ ਕੀਤੀ, ਜਦਕਿ ਲੇਡੀ ਸਟਾਫ ਕੋਈ ਨਹੀਂ ਸੀਗੀ ਨਾਲ ਉਹਨਾਂ ਦੇ ਉਸ ਟਾਈਮ, ਪੂਰੀ ਪਬਲਿਕ ਵੀ ਦੇਖ ਰਹੀ ਸੀਗੀ। ਮੈਨੂੰ ਉੱਥੇ ਥਾਣੇ ਲੈ ਗਏ, ਜ਼ਬਰਦਸਤੀ ਕਹਿੰਦੇ ਪੁੱਛਤਾਛ ਕਰਨੀ, ਪੁੱਛਤਾਛ ਕਰਨੀ ਹੈ। ਪੁੱਛਤਾਛ ਕਰਦੇ ਕਰਦੇ ਜੀ ਇਹਨਾਂ ਨੇ ਮੈਨੂੰ ਰਾਤ ਨੂੰ ਉੱਥੇ ਹੀ ਬਿਠਾ ਲਿਆ ਅਤੇ ਸਾਡੇ 'ਤੇ ਪਰਚਾ ਪਾਤਾ ਜੀ। ਸਾਨੂੰ ਕਹਿੰਦੇ ਕਿ 9 ਗ੍ਰਾਮ ਕੁਛ, ਪਤਾ ਨਹੀਂ 7 ਗ੍ਰਾਮ ਕੁਛ ਨਸ਼ੀਲਾ ਪਦਾਰਥ ਇਹਨਾਂ ਦੀ ਗੱਡੀ ਦੇ ਡੈਸ਼ਬੋਰਡ 'ਚ ਸੀਗਾ। ਮੈਂ ਉੱਥੇ ਬਾਰ ਬਾਰ ਕਹਿੰਦੀ ਸੀ ਦੱਸੋ ਤਾਂ ਸਹੀ ਕੀ ਗੱਲ ਹੈ। ਪਰ ਗੱਲ ਕੀ ਸਰ, ਜਦੋਂ ਮੇਰੀ ਮੈਰਿਜ ਹੋਈ ਉਸ 'ਤੇ DSP ਇੱਕ ਕਾਲੂ ਸੀਗੇ, ਜਿਹੜੇ ਪੁਰਾਣੀ ਰੰਜਿਸ਼ ਦਾ ਸਾਡੇ ਨਾਲ ਇਹ ਨਤੀਜਾ ਹੋਇਆ, ਉਹਨਾਂ ਨੇ ਸਾਡੇ ਅਤੇ ਮੇਰੇ ਹਸਬੈਂਡ 'ਤੇ ਨਜਾਇਜ਼ ਪਰਚੇ ਪਾਏ। ਮੇਰੀ ਮੈਰਿਜ ਹੋਈ ਨੂੰ ਥੋੜ੍ਹਾ ਟਾਈਮ ਹੋਇਆ ਸੀਗਾ, ਮੇਰੇ ਹਸਬੈਂਡ ਗਲਤ ਸੰਗਤ 'ਚ ਪੈ ਗਏ। ਮੈਂ ਘਰ ਰਹਿੰਦੀ ਸੀਗੀ, ਮੈਨੂੰ ਇਹ ਗੱਲ ਦਾ ਪਤਾ ਨਹੀਂ ਸੀਗਾ। ਜਦੋਂ ਮੈਨੂੰ ਪਤਾ ਲੱਗਿਆ ਤਾਂ ਬਹੁਤ ਅੱਗੇ ਜਾ ਚੁੱਕੇ ਸੀਗੇ। ਮੈਂ ਉਹਨਾਂ ਦਾ ਇਲਾਜ ਵੀ ਬਹੁਤ ਜ਼ਿਆਦਾ ਕਰਾਇਆ, ਪਰ ਇਲਾਜ ਕਰਾਉਂਦੇ ਕਰਾਉਂਦੇ ਇੱਕ ਹੋਰ ਕੰਮ ਹੋ ਗਿਆ। ਪੁਲਿਸ ਨੇ DSP ਕਾਲੂ ਸਾਹਿਬ ਨੇ ਚਮਕੌਰ ਸਾਹਿਬ ਤੋਂ ਮੇਰੇ ਹਸਬੈਂਡ ਨੂੰ ਚੱਕ ਕੇ ਕੀਰਤਪੁਰ ਸਾਹਿਬ 'ਤੇ ਪਰਚਾ ਦਿੱਤਾ ਜੀ। ਮੈਂ ਉੱਥੇ ਜਾ ਕੇ ਮੈਂ ਬਹੁਤ ਜ਼ਿਆਦਾ ਉਹਨੂੰ ਰਿਕੁਐਸਟ ਕਰੀ ਕਿ ਸਰ ਵੀ ਤੁਸੀਂ ਨਜਾਇਜ਼ ਨਾ ਕੁਛ ਵੀ ਕਰਿਓ, ਜੋ ਅਗਰ ਤੁਹਾਨੂੰ ਕੁਛ ਲੱਗ ਰਿਹਾ ਹੈ ਤਾਂ ਜਾਇਜ਼ ਕਰਿਓ। ਪਰ ਉਹਨਾਂ ਨੇ ਮੇਰੇ 'ਤੇ 50,000 ਰੁਪਇਆ ਕੈਸ਼ ਵੀ ਲਿੱਤਾ, ਅਤੇ ਨਾਲੇ ਇਹਦੇ ਪਰ ਮੇਰੇ ਹਸਬੈਂਡ ਪਰ ਸੁਖਿੰਦਰ ਸਿੰਘ ਲਾਡੀ, ਉਹਦੇ ਪਰ ਜੀ 50 ਗ੍ਰਾਮ ਨਸ਼ੀਲੇ ਪਾਊਡਰ ਦਾ ਪਰਚਾ ਦਿੱਤਾ ਜੀ। ਇਹਦੇ ਚੱਲਦੇ ਜੀ ਮੈਂ ਹਾਈ ਕੋਰਟ 'ਚ ਰਿਟ ਫਾਈਲ ਕਰਤੀ ਕਿ ਮੇਰੇ ਹਸਬੈਂਡ 'ਤੇ ਨਜਾਇਜ਼ ਪਰਚਾ ਹੋਇਆ। ਉਹ ਰਿਟ ਚੱਲਦੇ ਚੱਲਦੇ ਮੇਰੇ ਹਸਬੈਂਡ ਬਰੀ ਹੋ ਗਏ। ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਵੀ ਉਹ ਬਰੀ ਹੋ ਗਏ, ਤਾਂ ਇਹਨਾਂ ਨੇ ਉਸੇ ਰਿਟ ਦੀ ਜਿੱਦ 'ਚ ਮੇਰੇ ਅਤੇ ਮੇਰੇ ਹਸਬੈਂਡ ਅਤੇ ਮੇਰੇ ਸਹੁਰਾ ਸਾਹਿਬ ਜੋ ਆਰਮੀ 'ਚੋਂ ਰਿਟਾਇਰ ਹੈ ਜੀ, ਇੱਕ ਨਜਾਇਜ਼ ਪਰਚਾ ਦਿੱਤਾ ਜੀ। ਮੇਰੇ ਘਰ ਤੋਂ ਸਿਲੰਡਰ ਤੋਂ ਲੈ ਕੇ ਚਮਚੇ ਸਰੀਖੇ ਤੱਕ ਵੀ ਸਾਰਾ ਕੁਛ ਚੱਕ ਕੇ ਪੁਲਿਸ ਲੈ ਗਈ। ਮੈਨੂੰ ਜੇਲ੍ਹ 'ਚ ਬੰਦ ਕਰਤਾ। ਮੇਰਾ ਉਸ ਟਾਈਮ ਓਪਰੇਸ਼ਨ ਹੋਇਆ ਸੀ, ਮੇਰੇ ਕੋਲ 3 ਮਹੀਨੇ ਦੀ ਬੱਚੀ ਸੀਗੀ ਜਿਹੜੀ ਮੇਰੇ ਨਾਲ ਜੇਲ੍ਹ ਗਈ ਸੀਗੀ। ਸਾਨੂੰ ਤਾਂ ਜੀ ਪੁਲਿਸ ਨੇ ਰਾਹਤ ਨਹੀਂ ਆਉਣ ਦਿੱਤੀ ਜੀ ਕਿਸੇ ਪਾਸੇ ਤੋਂ, ਕਿਤੇ ਅਸੀਂ ਚਲੇ ਜਾਈਏ ਸਾਨੂੰ ਘੇਰ ਕੇ ਨਜਾਇਜ਼ ਸਾਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀਗਾ। ਪਰ ਅਦਾਲਤਾਂ ਨੇ ਸਾਨੂੰ ਰਾਹਤ ਮਹਿਸੂਸ ਦਿੱਤੀ ਜੀ, ਸਾਨੂੰ ਅਦਾਲਤ ਨੇ ਹੀ ਸਾਨੂੰ ਸੁਰੱਖਿਅਤ ਕੀਤਾ ਜੀ। ਅਦਾਲਤ ਦੇ ਜ਼ਰੀਏ ਅੱਜ ਮੇਰੇ ਹਸਬੈਂਡ ਇੱਥੇ ਸਾਡੇ ਨਾਲ ਬੈਠੇ ਹੈ ਜੀ। ਸਰ ਮੇਰੀ ਇਹ ਮੰਗ ਹੈ ਕਿ ਜਿਹੜੀ ਇਹ ਪੁਲਿਸ ਨਜਾਇਜ਼ ਕਰ ਰਹੀ ਹੈ, ਕੈਪਟਨ ਸਰਕਾਰ ਇਹ ਕਹਿ ਰਹੇ ਹੈ ਕਿ ਵੀ ਅਗਰ ਕੋਈ ਨਸ਼ਾ ਛੱਡਣਾ ਚਾਹੁੰਦਾ, ਸੁਧਰਨਾ ਚਾਹੁੰਦਾ ਤਾਂ ਉਹਨੂੰ ਸੁਧਰਨ ਦਾ ਮੌਕਾ ਦਿੱਤਾ ਜਾਵੇ। ਮੈਂ ਅਤੇ ਮੇਰੇ ਹਸਬੈਂਡ ਜੀ ਨੂਰਪੁਰ ਬੇਦੀ ਗਏ ਸੀਗੇ ਜੀ ਮੱਥਾ ਟੇਕਣ, ਉੱਥੇ ਅਸੀਂ ਅਰਦਾਸ ਕੀਤੀ ਹੈ ਜੀ ਜਾ ਕੇ ਕਿ ਨਾ ਅਸੀਂ ਨਸ਼ਾ, ਮੇਰੇ ਹਸਬੈਂਡ ਨਾ ਨਸ਼ਾ ਦੇਖਣਗੇ ਨਾ ਖਾਣਗੇ ਜੀ, ਅਤੇ ਵੇਚਣ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਜੀ। ਕਿਆ ਨਾਮ ਤੁਹਾਡਾ ਜੀ? ਮੇਰਾ ਸੁਖਵਿੰਦਰ ਸਿੰਘ ਹੈ ਜੀ। ਸੁਖਵਿੰਦਰ ਸਿੰਘ, ਕੀ ਗੱਲਬਾਤ ਤੁਹਾਡੇ ਨਾਲ ਜੀ? ਜੀ ਮੇਰੇ 'ਤੇ, ਮੈਂ ਪਹਿਲਾਂ ਇਹ ਨਸ਼ਾ ਖਾਂਦਾ ਪੀਂਦਾ ਸੀਗਾ ਜੀ, ਅਤੇ ਮੈਂ ਜ਼ਿਆਦਾ ਬਹੁਤ ਲੱਤ ਵਿੱਚ ਲੱਗ ਗਿਆ ਸੀਗਾ, ਅਤੇ ਉਸ ਤੋਂ ਬਾਅਦ ਮੇਰੇ ਘਰਦਿਆਂ ਨੇ ਮੈਨੂੰ ਦਾਖਲ ਕਰਾਉਣਾ ਸ਼ੁਰੂ ਕਰ ਦਿੱਤਾ, ਇਲਾਜ ਕਰਾਉਣਾ ਸ਼ੁਰੂ ਕਰ ਦਿੱਤਾ ਮੇਰਾ। ਇਲਾਜ ਕਰਾਉਂਦਿਆਂ ਕਰਾਉਂਦੇ ਪੁਲਿਸ ਵਾਲੇ ਮੇਰੇ 'ਤੇ ਪਰਚੇ ਪਾਉਣ ਲੱਗ ਗਏ ਨਜਾਇਜ਼, ਠੀਕ ਹੈ, ਜਿਹਦੀ ਵਜ੍ਹਾ ਨੇ ਰਿੱਟ ਸੀਗੀ, ਉਹ ਰਿੱਟ ਦੀ ਵਜ੍ਹਾ ਨਾਲ ਮੇਰੇ 'ਤੇ ਜ਼ਬਰਦਸਤੀ ਪਰਚੇ ਪਾਏ ਜਾਣ, ਅਤੇ
ਨਾਲੇ ਕਹਿੰਦੇ ਸੀਗੇ ਆਪਣੀ ਰਿੱਟ ਵਾਪਸ ਲਿੱਤੀ ਜਾਵੇ, ਅਤੇ ਉਹ ਰਿੱਟ ਦੀ ਵਜ੍ਹਾ ਨਾਲ ਮੇਰੇ 'ਤੇ 5-7 ਪਰਚੇ ਨਾ ਨਜਾਇਜ਼ ਪਾ ਦਿੱਤੇ। ਅਤੇ ਮੈਂ ਚਾਹੁੰਦਾ ਹੈ, ਮੈਂ ਗੁਰਦਾਸ ਕਰਦਾ ਹੈ ਵੀ ਮੈਨੂੰ, ਮੈਂ ਆਪਣੇ ਨਿਊਰਪਬੇਦੀ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕੀਤੀ ਹੈ, ਮੈਂ ਮਾਫ਼ੀ ਉੱਥੇ ਮੰਗੀ ਹੈ ਵੀ ਮੈਂ ਨਾ ਫਿਰ ਨਸ਼ਾ ਕਰਾਂਗਾ, ਮੈਂ ਆਪਣਾ ਜੀਵਨ ਵਧੀਆ ਗੁਜ਼ਾਰਨਾ ਚਾਹੁੰਦਾ ਹੈ, ਆਪਣੇ ਬੱਚੇ ਪਾਲਣਾ ਚਾਹੁੰਦਾ ਹੈ, ਕਿ ਮੈਨੂੰ ਪੁਲਿਸ ਤੋਂ ਰਾਹਤ ਦਿੱਤੀ ਜਾਵੇ। ਹਾਂਜੀ ਹਾਂਜੀ, ਅਸੀਂ ਤਾਂ ਇੱਕ ਆਪਣੇ ਆਪ ਨੂੰ, ਸਾਰੇ ਪਰਿਵਾਰ ਨੇ, ਇੱਕ ਸਾਡਾ ਸਹਾਰਾ ਸੀਗਾ, ਆਪਣਾ ਮੀਡੀਆ ਨੂੰ, ਮੀਡੀਆ ਕੋਲ ਗਏ, ਅਸੀਂ ਮੀਡੀਆ ਨੂੰ ਸਹਾਰਾ ਬਣਾਇਆ ਇੱਕ। ਇਸ ਤੋਂ ਇਲਾਵਾ ਜੇ ਮੀਡੀਆ ਦੇ ਸਹਾਰਾ ਨਾ ਹੁੰਦੀ, ਅਸੀਂ ਸਾਰੇ ਪਰਿਵਾਰ ਨੇ ਇਹ ਸੋਚ ਲਿਆ ਸੀਗਾ ਵੀ ਅਸੀਂ ਆਤਮ ਹੱਤਿਆ ਕਰ ਲੈਣੀ, ਸਾਡੇ ਮੌਤ ਦੇ ਜ਼ਿੰਮੇਵਾਰ ਸਰਕਾਰ ਹੋਵੇ। ਹਾਂਜੀ ਹਾਂਜੀ, ਮੈਨੂੰ ਜਦੋਂ ਮਰਿੰਡੇ ਕੇਸ ਵਿੱਚ ਇਹ ਪਰਚਾ ਪਾ ਕੇ ਮੈਨੂੰ ਕੋਰਟ ਵਿੱਚ ਪੇਸ਼ ਕਰਨ ਲੈ ਕੇ ਗਏ, ਅਤੇ ਜੱਜ ਮੈਡਮ ਨੇ ਮੈਨੂੰ ਜ਼ਮਾਨਤ ਦੇ ਦਿੱਤੀ ਉੱਥੋਂ। ਜਦੋਂ ਜ਼ਮਾਨਤ ਦਿੱਤੀ ਅਤੇ ਪੁਲਿਸ ਵਾਲੇ ਕਹਿੰਦੇ ਆ ਜਾਓ ਤੁਸੀਂ ਥਾਣੇ ਨੂੰ ਆ ਜਾਓ, ਅਸੀਂ ਉੱਥੇ ਸੈਨ ਕਰਾ ਕੇ ਇਹਨੂੰ ਛੱਡ ਦੇਵਾਂਗੇ, ਅਤੇ ਮੈਨੂੰ ਇਹ ਥਾਣੇ ਫਿਰ ਲੈ ਗਏ। ਥਾਣੇ ਜਾ ਕੇ ਮੈਨੂੰ ਇਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ ਕਮਰੇ 'ਚ ਵਾੜ ਕੇ, ਅਤੇ ਉਸ ਤੋਂ ਬਾਅਦ ਮੇਰੇ ਘਰਦਿਆਂ ਨੇ ਮੈਨੂੰ ਦਾਖਲ ਕਰਾਇਆ ਹੋਸਪਿਟਲ। ਮੇਰੇ ਜ਼ਮਾਨਤ ਹੋਣ ਤੋਂ ਬਾਅਦ ਵੀ ਤੁਹਾਨੂੰ ਇੰਨਾ ਕੁੱਟਿਆ? ਹਾਂਜੀ, ਬਹੁਤ ਜ਼ਿਆਦਾ ਕੁੱਟਿਆ ਜ਼ਮਾਨਤ ਹੋਣ ਦੇ ਬਾਵਜੂਦ ਵੀ। ਠੀਕ, ਡੀਪੀਐਸ ਦੇ 6 ਪਰਚੇ ਹੋਏ ਹੈ, ਕੋਸ਼ਿਸ਼ ਕੀਤੀ ਜਾ ਸਕਦੀ ਹੈ ਸੁਧਾਰਨ ਦੀ, ਕੋਸ਼ਿਸ਼ ਕੀਤੀ ਜਾ ਸਕਦੀ ਹੈ। ਸਰ ਪਰਚੇ ਦੇ ਪਰਚੇ ਕਰਨਾ ਵੀ ਕੋਈ ਵੱਡੀ ਗੱਲ ਨਹੀਂ? ਨਹੀਂ, ਉਹ ਬਿਲਕੁਲ ਠੀਕ ਹੈ, ਲੇਕਿਨ ਕੁਛ ਨਾ ਕੁਛ ਤਾਂ ਰਿਕਵਰੀ ਹੋਈ ਹੋਣੀ ਹੈ ਨਾ ਉਦੋਂ ਤੇ, ਕੁਛ ਪੁਲਿਸ ਅਧਿਕਾਰੀ ਹੈ? ਨਹੀਂ ਨਹੀਂ, ਕੁਛ ਰਿਕਵਰੀ ਤਾਂ ਹੋਈ ਹੋਣੀ ਹੈ। ਹਾਂਜੀ, ਐਨਡੀਪੀਐਸ ਦਾ ਪਰਚਾ ਵਿਦਆਊਟ ਰਿਕਵਰੀ ਤਾਂ ਹੁੰਦਾ ਹੀ ਨਹੀਂ, ਪਰਚੇ ਇੰਨੀ ਮਾਰਾ ਮਾਰੀ ਨਹੀਂ ਜੀ ਇੱਥੇ ਸਰ। ਹਾਂਜੀ ਸਰ, ਇਹਦੇ 'ਚ ਤੁਸੀਂ ਇਹ, ਵੈਸੇ ਮੈਂ ਚਾਹੁੰਦਾ ਵੀ ਹੋਣਾ ਚਾਹੀਦਾ ਵੀ ਉਹਨਾਂ ਨੂੰ ਕੁਛ ਸੁਧਾਰਨਾ ਚਾਹੀਦਾ। 6 ਪਰਚੇ ਜਿਹਦੇ 'ਚ ਹੈ ਅਤੇ 6 ਵਾਰ ਜਿਸ ਤੋਂ ਕੋਈ ਸਮਾਨ ਮਿਲਿਆ, ਨਸ਼ੀਲੀ ਸਮਾਨ ਮਿਲਿਆ, ਸੁਧਾਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਆਪਣੇ ਅੱਜ ਸਾਡੇ ਨਾਲ ਜਿਹੜਾ ਆਪਣਾ ਜਿਹੜਾ ਦੁੱਖ ਸਾਂਝਾ ਕੀਤਾ ਕਿ ਇਹ ਸਤਾਇਆ ਹੋਇਆ ਉਹ ਪਰਿਵਾਰ ਹੈ ਪੁਲਿਸ ਤੋਂ, ਜਿਨ੍ਹਾਂ 'ਤੇ ਇਸ ਨੌਜਵਾਨ ਨੂੰ ਜੋ ਨਸ਼ਿਆਂ ਦੀ ਲੱਤ ਦੇ ਵਿੱਚ ਲੱਗਿਆ ਸੀਗਾ ਉਹਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਕੁਛ ਨੇ ਪਰਚੇ 'ਤੇ ਪਰਚੇ 'ਤੇ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ ਲਗਭਗ ਇਸ ਪੂਰੇ ਪਰਿਵਾਰ 'ਤੇ ਅੱਜ ਤਕਰੀਬਨ 4-5 ਦੇ ਲਗਭਗ ਇਸ ਤਰ੍ਹਾਂ ਪਰਚੇ ਹੋ ਚੁੱਕੇ ਹਨ। ਪਰ ਸਰਕਾਰਾਂ ਨੂੰ ਚਾਹੀਦਾ ਹੈ ਜੇ ਕੋਈ ਨੌਜਵਾਨ ਸੁਧਰਨ ਦਾ ਚਾਹੁੰਦਾ ਹੈ ਤੇ ਉਸ ਨੂੰ ਸੁਧਾਰਿਆ ਜਾਵੇ, ਨਾ ਕਿ ਪਰਚੇ ਪਾ ਪਾ ਕੇ ਉਹਨੂੰ ਵਿਗਾੜਿਆ ਜਾਵੇ। ਮੈਂ ਕੈਮਰਾਮੈਨ ਅਨਿਲ ਸ਼ਰਮਾ ਦੇ ਨਾਲ ਸ਼ਮਸ਼ੀਰ ਬੱਗਾ, ਰੋਪੜ।